असी इस वक्त मुल्तानिया रोड ते गुरु घर गुरुद्वारा साहिब श्री गुरु कलगीधर पातशाह इत्थे विशेष तौर ते पहुँचे हुए हैं, जिथों दी साध संगत ने हड़ मारे इलाकों दे विच उन्हां लोड़वंद परिवारां दी सहायता लई अपने आप नूं तैयार किया। बड़ा वधिया उद्यम उपराला हैगा। इत्थे हड़ मारे इलाके जिन्ने भी है उन्होंने एक होर चिंता की खबर आ कि चांदपुरा बन के नाल घग्गर जिहड़ा हैगा उहदे विच एक वड्डा पाड़ पैण करके होर तकरीबन मानसा जिले के कुछ पिंड इस तरह पंजाबी बोलते इलाके जिहड़े हरियाणे दे विच फतेहाबाद जिले दे विच हैगे आ बमनाला बोहा रतिया इहदे आले दुआले दे पिंडां लई भी खतरा बन गया। रात की जिहड़ी चेतावनी दित्ती हुई सीगी मौसम दा वैदर चैनल दी, उस तो बाद बिल्कुल लोग जिहड़े हैगे आ बड़े परेशान ने, घरां चों समान चुक के लैके जा रहे आ, घरां दे घर खाली हो गए आ, पशुआं नूं नाल लैके जा रहे आ, ते उहनां दी सहायता लई लोड़वंद लोकां दी सहायता लई इस मुल्तानिया रोड दे इलाके दे नगर निवासियों ने एक बड़ा वधिया उद्यम उपराला किया। आओ जानते हैं इन्हां दीआं कोशिशां इन्हां दे उपराले जी। सारिआं नूं पहलां वाहिगुरू जी का खालसा वाहिगुरू जी की फतेह। वीर जी असी हड़ पीड़ित जिहड़े प्रभावित होए इलाके आ उन्हां दे लई असी राहत समगरी जिहड़ी इकट्ठी कर रहे हाँ, जिहदे विच सुक्का राशन हो गया, आटा दाल वगैरह सारा कुछ, असी जिन्ना भी साडे तों मदद हो सकदी आ उन्हां साडे जिहड़े भरा इस कुदरती मार हेठ आए उन्हां दी असी मदद कर लई ਇਹ ਉਪਰਾਲਾ ਕਰਨ ਜਾ ਰਹੇ ਸੀ ਜੀ। ਬਿਲਕੁਲ, ਕੁਝ ਹੋਰ ਸਾਥੀ ਵੀ ਸਾਡੇ ਨਾਲ ਨੇ। ਹਰਪਾਲ ਜੀ ਕੀ ਕਹਿਣਾ ਚਾਹੋਗੇ? ਬਾਈ ਬਸ ਨਾਲ ਜੀ ਆਪਾਂ ਹਰਾ ਚਾਰਾ ਵੀ ਲੈ ਕੇ ਜਾਵਾਂਗੇ, ਪਸ਼ੂ ਵੀ ਬਹੁਤ ਭੁੱਖੇ ਆ ਅਤੇ ਉਹਨਾਂ ਵਾਸਤੇ ਵੀ ਕੁਛ ਨਹੀਂ ਹੈਗਾ, ਰਾਸ਼ਨ ਤਾਂ ਜਾ ਹੀ ਰਿਹਾ, ਜਿਹੜੇ ਬੇਜਮਾਨ ਆ ਉਹਨਾਂ ਵਾਸਤੇ ਵੀ ਹਰਾ ਚਾਰਾ ਵੀ ਲੈ ਕੇ ਜਾਵਾਂਗੇ। ਟਰੈਕਟਰ ਤੁਹਾਡੇ ਕੋਲ ਖੜਾ, ਕਿਸ ਤਰੀਕੇ ਦੀ ਮੁਹਿੰਮ ਤੁਸੀਂ ਚਲਾਈ ਹੋਈ ਹੈ? ਟਰੈਕਟਰ ਟਰਾਲੀਆਂ ਲੈ ਕੇ ਜਾ, ਅੱਜ ਹੁਣ ਟਰੈਕਟਰ ਲੈ ਕੇ ਜਾਂਦੇ ਹਾਂ ਮੁਲਤਾਨੀਆ ਰੋਡ 'ਤੇ, ਇੱਥੇ ਬੀੜ ਰੋਡ 'ਤੇ, ਇੱਥੋਂ ਅਸੀਂ ਰਾਸ਼ਨ ਸਾਰੇ ਘਰਾਂ 'ਚੋਂ ਇਕੱਠਾ ਕਰਾਂਗੇ, ਕੋਈ ਕਣਕ ਦੇਣਗੇ, ਕੁਝ ਦਾਣਾ ਦੇਣਗੇ, ਸਾਰਾ ਇਕੱਠਾ ਕਰਾਂਗੇ ਫਿਰ ਲੈ ਕੇ ਜਾਵਾਂਗੇ। ਸੋਮਵਾਰ ਜਾਂ ਮੰਗਲਵਾਰ ਜਾਵਾਂਗੇ। ਸਾਡੀ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਵੀ ਜੋ ਵੀ ਕਿਸੇ ਨੇ ਅਗਰ ਆਪਣੀ ਸੇਵਾ ਕਰ ਪਾਉਣੀ ਹੈ ਤਾਂ ਕਲਗੀਧਰ ਗੁਰਦੁਆਰਾ ਮੇਨ ਮੁਲਤਾਨੀਆ ਰੋਡ 'ਤੇ ਆ ਕੇ ਇੱਥੇ ਲੰਗਰ ਹਾਲ ਦੇ ਵਿੱਚ ਸੇਵਾ ਪਾ ਸਕਦਾ ਅਤੇ ਤੁਹਾਡਾ ਸਾਰਾ ਦਾਣਾ ਹੜ੍ਹ ਪੀੜਤਾਂ ਦੇ ਮੂੰਹ 'ਚ ਪਾਇਆ ਜਾਊਗਾ। ਬਿਲਕੁਲ ਜੀ, ਰੇਡੀਓ ਪੰਜਾਬ ਟੂਡੇ ਵੀ ਆਪ ਸਭ ਨੂੰ ਇਹੋ ਅਪੀਲ ਕਰਦਾ ਕਿ ਆਪਾਂ ਮਨੁੱਖਤਾ ਦੇ ਇਸ ਕਾਰਜ ਵਿੱਚ ਪੰਜਾਬੀ ਜਾਣੇ ਜਾਂਦੇ ਹਾਂ, ਪੰਜਾਬੀ ਭਰਾਵਾਂ 'ਤੇ ਜਿਨ੍ਹਾਂ 'ਤੇ ਘੱਗਰ ਦਰਿਆ ਦੀ ਮਾਰ ਪਈ ਹੈ ਉਹਨਾਂ ਸਾਰਿਆਂ ਦੀ ਤਾਂ ਮਦਦ ਤਾਂ ਹੀ ਹੋ ਸਕਦੀ ਹੈ ਜੇਕਰ ਅਸੀਂ ਵੀ ਇਸ ਮੁਲਤਾਨੀਆ ਰੋਡ ਦੇ ਨਗਰ ਨਿਵਾਸੀਆਂ ਦੇ ਉੱਦਮ ਉਪਰਾਲੇ ਵਾਂਗ ਆਪਣੇ ਆਪਣੇ ਇਲਾਕੇ ਵਿੱਚ ਜਿੱਥੇ ਜਿੱਥੇ ਵੀ ਜਿਸ ਜਿਸ ਇਲਾਕੇ ਨੂੰ ਨੇੜਤਾ ਸਾਡੇ ਨਾਲ ਹੈਗੀ ਆ, ਇਲਾਕਾ ਨੇੜੇ ਆ, ਉੱਥੇ ਤੱਕ ਬਿਲਕੁਲ ਹਰਾ ਚਾਰਾ ਅਤੇ ਜੋ ਵੀ ਸਮਾਨ ਰਸਦ ਤੁਸੀਂ ਇਕੱਠੀ ਕਰਦੇ ਹੋ ਉਹ ਉਹਨਾਂ ਤੱਕ ਪਹੁੰਚਾਉਣਾ ਇੱਕ ਮਨੁੱਖਤਾ ਦੀ ਸੇਵਾ ਦਾ ਕੰਮ ਆ। ਰੇਡੀਓ ਪੰਜਾਬ ਟੂਡੇ ਲਈ ਕੈਮਰਾਮੈਨ ਰਾਮ ਸਿੰਘ ਗਿੱਲ ਦੇ ਨਾਲ ਮੈਂ ਦਲਬੀਰ ਸਿੰਘ ਬਰਾੜ।